ਜੀ ਮਲਕ ਜਾਨਦੇ ਹੋ। ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ ਹੈ ਜੀ? ਠੀਕ ਠਾਕ ਹੋ? ਅੱਜ ਅਸੀਂ ਮੌਜੂਦ ਹਾਂ ਜੀ ਟਿਕਾਣਾ ਮਲਕ ਸਜਾਦ ਸਾਹਿਬ ਦੇ ਕੋਲੇ, ਤੇ ਇਹਨਾਂ ਦੇ ਕੋਲੇ ਦੋਸਤੋ ਨਵੇਂ ਪੁਰਾਣੇ ਦੇ ਟਾਇਰ ਆ ਦੋਨੋਂ ਮਿਲਣਗੇ ਆਪਾਂ ਨੂੰ ਟਰੈਕਟਰ ਔਰ ਟਰਾਲੀ ਵਾਸਤੇ, ਔਰ ਟਾਇਰ ਇਹਨਾਂ ਦੇ ਕੋਲੇ ਇਸ ਕੰਡੀਸ਼ਨ 'ਚ ਹੀ ਤੁਹਾਨੂੰ ਮਿਲ ਜਾਣਗੇ ਕਿ ਬਿਲਕੁਲ ਨਿਊ ਹੁੰਦਾ, ਯਾਨੀ ਕਿ ਗੁੱਡੀ ਦਾ ਜਿਹੜਾ ਹੁੰਦਾ ਨਾ ਜੀ ਬਿਲਕੁਲ ਜ਼ੀਰੋ, ਯਾਨੀ ਕਿ ਉਹ ਇਸ ਤਰ੍ਹਾਂ ਦੱਸ ਕੇ ਜਿਸ ਤਰ੍ਹਾਂ ਲਾਹੌਰ ਤੋਂ ਤੁਸੀਂ ਉਪਾਏ ਦਾ ਸਫ਼ਰ ਕਰੋ ਜਾਂ ਇੰਨਾ ਜਿਹੜਾ ਵਾ ਯਾਨੀ ਕਿ 100-150 ਕਿਲੋਮੀਟਰ ਦਾ ਤੁਸੀਂ ਸਫ਼ਰ ਕਰਕੇ ਆਓ, ਤੇ ਆਓ ਜਿਹਨਾਂ ਦੇ ਕੋਲੇ ਦੇਖਦੇ ਹਾਂ ਕਿ ਟਾਇਰ ਕਿਹੜੇ ਕਿਹੜੇ ਮੌਜੂਦ ਨੇ, ਔਰ ਉਹਨਾਂ ਦੀਆਂ ਕੀਮਤਾਂ ਦੇ ਬਾਰੇ ਵੀ ਜਾਣਾਂਗੇ। ਅਗਰ ਕੋਈ ਦੋਸਤ ਆਨਲਾਈਨ ਮੰਗਵਾਉਣਾ ਚਾਹੁੰਦਾ ਤੁਸੀਂ ਇਹਨਾਂ ਦੇ ਨਾਲ ਰਾਬਤਾ ਕਰ ਸਕਦੇ ਹੋ, ਇਸ ਵੀਡੀਓ ਦੇ ਐਂਡ ਤੇ ਤੁਹਾਨੂੰ ਇਹਨਾਂ ਦਾ ਰਾਬਤਾ ਨੰਬਰ ਵੀ ਮਿਲੇਗਾ। ਤੇ ਮਲਕ ਸਾਹਿਬ ਦੱਸੋ ਕਿਹੜੇ ਕਿਹੜੇ ਟਾਇਰ ਜਿਹੜੇ ਆ? ਸਭ ਤੋਂ ਪਹਿਲੇ ਤੇ ਤੁਹਾਨੂੰ ਤੁਹਾਡੀ ਟੀਮ ਨੂੰ ਬੜਾ ਜਾਣਦੇ ਹੋ ਜੀ, ਔਰ ਤੁਹਾਨੂੰ ਉਹ ਦੁਕਾਨ ਦਾ ਵੇਖ ਕੇ ਜੀ। ਸਭ ਤੋਂ ਪਹਿਲੇ ਆਪਣੇ ਕੋਲ 15x38 ਓਲਸਾ ਮਿਲ ਜਾਏਗਾ ਜੀ। ਇਹ ਰੂਸੀ ਟੈਕਟ ਨੂੰ ਪੈਂਦੇ ਨੇ ਜੀ, ਪਤਲੇ ਟਾਇਰ ਨੂੰ ਕਿਹਾ ਜਾਂਦਾ, 15x38 ਨਾਲ ਸਾਰੇ ਦੇ, ਔਰ ਗੁੱਡੀ ਤੁਹਾਡੇ ਸਾਹਮਣੇ ਹੀ ਹੈ ਜੀ। ਮਾਸ਼ਾਅੱਲਾ ਨਵੇਂ ਵਰਗੇ ਟਾਇਰ ਆ ਜੀ, ਇਹ ਨਵੇਂ ਦੇ ਬਹੁਤ ਜ਼ਿਆਦਾ ਨੇ, ਲੇਕਿਨ ਇਹ SM14 ਨੇ ਨੇ, ਉਹ ਤੁਹਾਨੂੰ 190 ਦੀ ਮਿਲ ਜਾਏਗੀ। 190? ਹਾਂਜੀ ਸਹੀ ਹੋ ਗਿਆ। ਆ ਪਿਆ ਇਹ 0 ਮੀਟਰ ਪੈਂਥਰ, ਇਹਦਾ ਕੀ ਰੇਟ ਹੈ? ਇਹ ਇਨਸ਼ਾਅੱਲਾ ਮੁਨਾਸਬ ਦੇਵਾਂਗੇ। ਠੀਕ ਹੋ। ਉਸ ਤੋਂ ਬਾਅਦ ਆਪਣੇ ਕੋਲ ਹੈ 16x39, ਇਹ 75 ਔਰ 640 ਨੂੰ ਪੈਂਦੇ ਨੇ ਜੀ। ਅੱਛਾ ਜੀ। ਇਹ ਸਿਰਫ 120-130 ਕਿਲੋਮੀਟਰ ਟਰੈਕਟਰ ਚੱਲਿਆ ਜੀ। ਠੀਕ ਹੋ। ਸਾਡੇ ਇੱਧਰ ਨਾ ਦੁਪਾਲਪੁਰ ਬਸੀਰਪੁਰ ਆਲੂ ਵਗੈਰਾ ਲੱਗਦੇ ਨੇ। ਸਹੀ। ਤੇ ਉਹਦੇ ਚੋਂ ਜਿਹੜਾ 85-75-640 ਉਹਦਾ ਜਿਹੜਾ ਜੈਨੂਇਨ ਟਾਇਰ ਹੁੰਦਾ ਉਹਦਾ ਮੋਟਾ। ਸਹੀ। ਬਾਹਰ ਲੋਕ ਫਿਰ ਜਿਹੜੇ ਨੇ ਮੋਟੇ ਟਾਇਰ ਉਤਾਰ ਕੇ ਚੱਪੀਆਂ ਪਾ ਲੈਂਦੇ ਨੇ, ਪਤਲੇ ਟਾਇਰ। ਸਹੀ। 13 ਦੇ ਜਾਂ 15 ਦੇ ਆਇਓ, ਮੈਂ ਤੁਹਾਨੂੰ ਹੁਣ ਦਾ ਹੀ ਵਿਜ਼ਿਟ ਕਰਵਾਉਂਦਾ ਜੀ। ਆਇਓ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੋਸਤੋ ਦੱਸ ਰਿਹਾ ਸੀ ਕਿ ਇਹ ਚੱਪੀਆਂ ਹੁੰਦੀਆਂ ਨੇ 75 ਨੂੰ 640 ਨੂੰ ਔਰ 85 ਨੂੰ ਟੱਪਣੀਆਂ ਪੈਂਦੀਆਂ ਨੇ, 15 'ਚ ਵੀ ਪੈਂਦੀਆਂ ਨੇ, 13 'ਚ ਵੀ ਪੈਂਦੀਆਂ ਨੇ। ਉਸ ਤੋਂ ਬਾਅਦ ਆਪਣੇ ਕੋਲ ਇਹ ਟਾਇਰ ਪਏ ਨੇ ਇੰਡੀਆ 640 ਦੇ, ਬੇਦਾਗ ਨੇ ਪੂਰੀ ਗੁੱਡੀ ਇਨਸ਼ਾਅੱਲਾ ਤਾਲਾ, ਔਰ ਇਹਦੀ ਅਸੀਂ ਗਰੰਟੀ ਦਿੰਦੇ ਹਾਂ ਬਣੇ ਦੀ ਪੁੱਲੇ ਦੀ ਖੜੇ ਦੀ ਟਾਇਰ ਮੁਰੰਮਤ। ਸਹੀ। ਉਸ ਤੋਂ ਬਾਅਦ ਕਾਫੀ ਟਾਇਰ ਨੇ, ਇਹ ਕੀਮਤ ਜਨਾਬ 140 ਦੀ ਇਨਸ਼ਾਅੱਲਾ ਤਾਲਾ। ਹਾਂਜੀ ਸਹੀ ਹੈ। ਉਸ ਤੋਂ ਬਾਅਦ ਇਹ 60 ਦੇ ਟਾਇਰ ਪਏ ਨੇ, 60 ਦੇ ਪਏ ਨੇ ਜੀ, ਇਹ ਰਿਮ ਨੇ ਆਪਣੇ ਕੋਲ। ਹਾਂਜੀ। ਰਿਮ ਦੇ ਦਾਗ ਨੇ ਬਿਲਕੁਲ ਜੀ, 13 ਦੇ 13-36 ਦੇ। ਸਹੀ। ਰਿਮ ਦੀ ਕੀ ਕੀਮਤ ਹੈ? ਰਿਮ 60,000 ਦੇ ਮਿਲ ਜਾਣਗੇ। 60,000 ਅੱਛੇ ਟਾਇਰ ਨੇ ਆ ਰਿਮ ਨੇ, ਤੁਸੀਂ ਚੈੱਕ ਕਰਵਾ ਸਕਦੇ ਹੋ। ਤੇ ਇਸ ਟਾਈਮ ਦੀ ਟਾਇਰ ਵੀ ਸਰਵਰ ਦੇ ਟਾਇਰ ਨੇ 14-28। ਉਸ ਤੋਂ ਬਾਅਦ ਹੈ ਸੀਟ ਇੰਡੀਆ ਆ ਗਿਆ ਜੀ, ਸੀਟ ਇੰਡੀਆ ਬਿਲਕੁਲ ਬੇਦਾਗ ਨੇ, ਗੁੱਡੀ ਪੂਰੀ ਹੈ ਜੀ ਉੱਤੇ, ਤੇ ਮੁਕੰਮਲ ਗਰੰਟੀ ਦੇ ਵਿੱਚ ਨੇ ਜੀ। ਆ ਤੁਸੀਂ ਵਿਊਸ਼ਿਪ ਨੂੰ ਆਪਣਾ ਦਿਖਾ ਸਕਦੇ ਹੋ ਨਾਜ਼ਰੀਨ ਨੂੰ, ਤੇ ਅੰਦਰੋਂ ਚੈੱਕ ਕਰਵਾਓ ਨਾ ਜੀ, ਬੇਦਾਗ ਨੇ ਬਿਲਕੁਲ। ਇਹਦੀ ਕੀਮਤ ਭਾਈ? ਕੀਮਤ ਜਨਾਬ ਇਹ 2-10 ਦੀ ਮਿਲ ਜਾਏਗੀ। 2-10 ਦੇ ਵਿੱਚ ਜੀ, ਬਿਲਕੁਲ ਓਕੇ ਨੇ ਜੀ। ਸਹੀ ਟਾਇਰ। ਬਾਕੀ ਆ ਤੁਸੀਂ ਨਾਜ਼ਰੀਨ ਨੂੰ ਸਾਰੇ ਦੱਸ ਸਕਦੇ ਹੋ ਜੀ ਇਸੇ ਤਰ੍ਹਾਂ ਸਾਰੇ। ਹਾਂਜੀ। ਤੇ ਓਪਰ ਵਾਲਾ ਹੈਗਾ ਇਹ ਆਪਣੇ ਕੋਲੇ 640 ਦੇ ਨੇ, 75 ਦੇ ਨੇ ਜੀ, ਗੁੜੀਆ ਦੇ ਵਿੱਚ ਤਕਰੀਬਨ 8-9 ਟਾਇਰ ਬਣ ਜਾਂਦੇ ਨੇ, ਇਹ ਵੀ ਮੁਕੰਮਲ ਬੇਦਾਗ। ਇਹਦੀ ਕੀ ਕੀਮਤ ਹੈ? ਇਹ ਆਪਣੇ 1 ਲੱਖ ਦੇ ਅੰਦਰ ਬਾਹਰ ਬਣ, 1 ਲੱਖ ਦੇ ਅੰਦਰ। ਹਾਂਜੀ ਸਹੀ, ਗੁੜੀਆ ਦੇ। ਸਹੀ। ਤੇ ਜਿਹੜੇ ਉਸ ਤੋਂ ਬਾਅਦ 13-6-36 ਦੇ ਵਿੱਚ ਹੈਗਾ ਜੀ। ਸਹੀ। ਇਹ ਵੀ ਪਤਲੇ ਜਿਹੜੀ ਸਟੱਪੀਆਂ ਜੋ ਹੁੰਦੀਆਂ ਨੇ ਸਟੱਪੀਆਂ ਦੀ ਕਮਾਲ। ਇਹਦੀ ਕੀ ਕੀਮਤ ਹੈ? ਕੀਮਤ ਕਾਫ ਕਾਫ ਨਾ ਕੱਟ ਲੈ ਇਹਨਾਂ ਨੂੰ ਯਾਰ। ਚਲੋ ਕੋਈ ਨਹੀਂ, ਉਹ ਕੱਟ ਦਵਾਂ। ਅੱਛਾ ਨਾ ਹੁਣ ਤੁਹਾਨੂੰ ਫਰੰਟ ਵਾਲੇ ਚੈੱਕ ਕਰਵਾ। ਹਾਂਜੀ ਹਾਂਜੀ। ਇੱਕ ਮਿੰਟ ਮੈਂ ਨਾ ਤਰਾ ਗਾਹਕ ਦੇ ਕਰ ਲਓ ਤੁਹਾਨੂੰ ਦੇਖ ਬਾਈ, ਆਪਣਾ ਮੋਬਾਈਲ ਨੰਬਰ ਔਰ ਐਡਰੈਸ ਦੱਸ ਦਿਓ।
ਜੀ ਦੁਕਾਨ ਦੀ ਲੋਕੇਸ਼ਨ ਹੈਗੀ ਚੌਕ ਦੀਪਾਲਪੁਰ ਜ਼ਿਲ੍ਹਾ ਉਕਾੜਾ ਪੁਰਾਣੀ ਕਬਾੜ ਮਾਰਕੀਟ। ਹਾਂਜੀ, ਤੇ ਦੁਕਾਨ ਦਾ ਨਾਮ? ਅਲਸਈ ਟਾਇਰ ਹਾਊਸ। ਮੋਬਾਈਲ ਨੰਬਰ 0347431349। ਜੀ ਦੋਨਾਂ ਦੇ ਵਟਸਐਪ ਬਣੀ, ਮਜ਼ੀਦ ਟਾਇਰਾਂ ਦੀ ਤਫਸੀਲ ਵਾਸਤੇ ਇਹਦੇ ਤੇ ਰਾਬਤਾ ਕਰ ਸਕਦੇ ਹੋ।